ਤਾਂ ਜਿੱਥੇ ਪਹਿਲਾਂ ਜਲੰਧਰ ਦੇ ਵਿੱਚ ਦਿੱਲੀ ਨੈਸ਼ਨਲ ਹਾਈਵੇ ਕਿਸਾਨਾਂ ਦੇ ਵੱਲੋਂ ਰੋਕਿਆ ਜਾਂਦਾ ਲਗਾਤਾਰ ਕਈ ਦਿਨ ਧਰਨਾ ਜਾਰੀ ਰਹਿੰਦਾ ਕਿਸਾਨਾਂ ਦੇ ਵੱਲੋਂ ਬੀਤੇ ਦਿਨਾਂ ਤੋਂ ਰੇਲਾਂ ਵੀ ਰੋਕ ਦਿੱਤੀਆਂ ਜਾਂਦੀਆਂ ਨੇ ਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਮਾਨ ਦਾ ਇੱਕ ਉਹਨਾਂ ਨੂੰ ਇਨਵੀਟੇਸ਼ਨ ਆ ਜਾਂਦਾ ਕਿ ਮੀਟਿੰਗ ਕਰਨ ਆਓ ਮੇਰੇ ਨਾਲ ਮੀਟਿੰਗ ਕਰਕੇ ਮਸਲੇ ਹੱਲ ਕਰਦੇ ਆ ਸੜਕਾਂ ਦੇ ਉੱਪਰ ਮਸਲੇ ਹੱਲ ਨਹੀਂ ਹੋਣੇ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਅੱਜ ਜੋ ਰੇਲਾਂ ਰੋਕੀਆਂ ਗਈਆਂ ਸੀ ਉੱਥੋਂ ਉਹ ਮੋਰਚਾ ਉਹ ਧਰਨਾ ਚੱਕ ਲਿਆ ਗਿਆ ਜੋ ਰੇਲਾਂ ਦੀਆਂ ਲਾਈਨਾਂ ਨੇ ਉਹ ਮੁੜ ਤੋਂ ਖਾਲੀ ਕਰ ਦਿੱਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਿਆਂ ਕਿ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਮਾਨਾਵਾਲਾ ਦੇ ਵਿੱਚ ਫਿਰ ਤੋਂ ਰੇਲਾਂ ਰੋਕ ਦਿੱਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਿਆਂ ਕਿ ਭਾਰਤਮਾਲਾ ਪ੍ਰੋਜੈਕਟ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਜਾਂ ਆਪਣੀਆਂ ਜੋ ਪੁਰਾਣੀਆਂ ਮੰਗਾਂ ਨੇ ਉਹ ਮੰਨੀਆਂ ਨਹੀਂ ਜਾ ਰਹੀਆਂ ਉਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਮੁੜ ਤੋਂ ਧਰਨਾ ਲਗਾ ਦਿੱਤਾ ਗਿਆ ਜੋ ਗੰਨੇ ਦੀ ਕੀਮਤ ਨਹੀਂ ਵਧਾਈ ਜਾ ਰਹੀ ਬਕਾਇਆ ਰਾਸ਼ੀ ਆ ਉਹ ਜਾਰੀ ਨਹੀਂ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਅੰਮ੍ਰਿਤਸਰ ਦੇ ਮਾਨਾਵਾਲਾ ਦੇ ਵਿੱਚ ਰੇਲਵੇ ਦੇ ਉੱਪਰ ਰੇਲਵੇ ਦੀਆਂ ਲਾਈਨਾਂ ਦੇ ਉੱਪਰ ਕਿਸਾਨਾਂ ਦੇ ਵੱਲੋਂ ਅੱਜ 12 ਵਜੇ ਦਾ ਐਲਾਨ ਕਰ ਦਿੱਤਾ ਗਿਆ ਕਿ 12 ਵਜੇ ਅੰਮ੍ਰਿਤਸਰ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਮਾਨਾਵਾਲਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਿਆਂ ਕਿ ਉਸੇ ਦੇ ਨਾਲ ਹੀ ਹੋਣਾ ਅੰਮ੍ਰਿਤਸਰ ਦੇ ਵਿੱਚ ਜੋ ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਨੂੰ ਸੜਕ ਜਾਂਦੀ ਆ ਬਾਇਆ ਸੰਗਤਪੁਰਾ ਜਾਂਦੀ ਆ ਉੱਥੇ ਵੀ ਕਿਸਾਨਾਂ ਦੇ ਵੱਲੋਂ ਸੜਕ ਜਾਮ ਕਰ ਦਿੱਤੀ ਗਈ ਆ ਧਰਨਾ ਲਗਾ ਦਿੱਤਾ ਗਿਆ ਇਹ ਧਰਨਾ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਵੱਲੋਂ ਲਗਾਇਆ ਗਿਆ ਇਹਨਾਂ ਦਾ ਕਹਿਣਾ ਕਿ ਇਹ ਸੜਕ ਚੌੜੀ ਕੀਤੀ ਗਈ ਇਸ ਸੜਕ ਦਾ ਰੌਲਾ ਇਹ ਤੁਹਾਨੂੰ ਦੱਸ ਦਿਆਂ ਕਿ ਆਪਣੀਆਂ ਪੁਰਾਣੀਆਂ ਮੰਗਾਂ ਦਾ ਵੀ ਰੌਲਾ ਤਾਂ ਇਹਨਾਂ ਮੰਗਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਦੇ ਵੱਲੋਂ ਸੜਕ ਜਾਮ ਕਰ ਦਿੱਤੀ ਗਈ ਆ ਇਹ ਸੜਕ ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਜਾ ਰਹੀ ਸੀ ਬਾਇਆ ਸੰਗਤਪੁਰਾ ਜਾ ਰਹੀ ਸੀ ਤਾਂ ਕਿਸਾਨਾਂ ਦੇ ਵੱਲੋਂ ਉਸ ਦੇ ਉੱਪਰ ਬੈਠ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਾ ਰਹੀ ਆ ਜੰਮ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਨਾਅਰੇਬਾਜ਼ੀ ਕੀਤੀ ਜਾ ਰਹੀ ਉੱਥੇ ਤੁਹਾਨੂੰ ਦੱਸ ਦਿਆਂ ਕਿ ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ ਜੋ ਰੇਲਾਂ ਰੋਕੀਆਂ ਜਾ ਰਹੀਆਂ ਸੀ ਜਲੰਧਰ ਦੇ ਵਿੱਚ ਜੋ ਨੈਸ਼ਨਲ ਹਾਈਵੇ ਰੋਕਿਆ ਹੋਇਆ ਸੀ ਦਿੱਲੀ ਨੈਸ਼ਨਲ ਹਾਈਵੇ ਉਹ ਖੋਲ੍ਹਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਉਹ ਹਾਈਵੇ ਖੋਲ੍ਹਿਆ ਜਾਵੇਗਾ ਪਰ ਅੰਮ੍ਰਿਤਸਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਰੇਲਾਂ ਰੋਕ ਦਿੱਤੀਆਂ ਗਈਆਂ ਨੇ ਮਾਨਾਵਾਲਾ ਦੇ ਵਿੱਚ ਰੇਲਾਂ ਦੇ ਉੱਪਰ ਕਿਸਾਨ ਉੱਤਰ ਆਏ ਨੇ ਐਲਾਨ ਕਰ ਦਿੱਤਾ ਕਿ 12 ਵਜੇ ਰੇਲਾਂ ਰੋਕੀਆਂ ਜਾਣਗੀਆਂ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਰੇਲਾਂ ਦੀਆਂ ਲਾਈਨਾਂ ਦੇ ਉੱਪਰ ਪੱਕਾ ਮੋਰਚਾ ਲਗਾ ਦਿੱਤਾ ਗਿਆ ਤਾਂ ਵੱਡੀ ਖਬਰ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਮਾਨਾਵਾਲਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੇਲਾਂ ਰੋਕ ਦਿੱਤੀਆਂ ਗਈਆਂ ਨੇ ਵੱਡਾ ਧਰਨਾ ਲਗਾ ਦਿੱਤਾ ਗਿਆ ਮੇਰਾ ਨਾਮ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ ਆਗੂ ਹਾਂ ਅੱਜ ਜੋ ਇੱਥੇ ਧਰਨਾ ਦਿੱਤਾ ਜਾ ਰਿਹਾ ਅੰਮ੍ਰਿਤਸਰ ਫਤਿਹਗੜ੍ਹ ਚੂੜੀਆਂ ਵਾਇਆ ਸੰਗਤਪੁਰਾ ਸੜਕ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਲਗਭਗ ਇਲਾਕਾ ਨਿਵਾਸੀ ਦੱਸਦੇ ਆ ਵੀ 12-13 ਸਾਲ ਤੋਂ ਨਹੀਂ ਬਣੀ ਅਤੇ ਇਹਦੇ ਹਾਲਾਤ ਬਹੁਤ ਮਾੜੇ ਆ ਵੱਡੇ ਵੱਡੇ ਟੋਏ ਸੜਕ ਦੇ ਵਿੱਚ ਆ ਆਏ ਦਿਨ ਐਕਸੀਡੈਂਟ ਹੁੰਦੇ ਆ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਕੀਮਤੀ ਵਹੀਕਲਾਂ ਦਾ ਨੁਕਸਾਨ ਹੋ ਰਿਹਾ ਪਰ ਸਰਕਾਰਾਂ ਭਾਵੇਂ ਅਕਾਲੀ ਦਲ ਦੀ ਸੀ ਜਿਹਦੇ ਵਿੱਚ ਮੰਤਰੀ ਕਾਹਲੋਂ ਮਜੀਠੀਆ ਜਾਂ ਉਸ ਤੋਂ ਬਾਅਦ ਹੋਰ ਵੀ ਸਰਕਾਰਾਂ ਬਣੀਆਂ ਸੁੱਕੀ ਰੰਧਾਵਾ ਬਣਿਆ ਸਰਕਾਰੀਆ ਬਣਿਆ ਮੰਤਰੀ ਹੁਣ ਵੀ ਮੰਤਰੀ ਧਾਰੀਵਾਲ ਬਣਿਆ ਇਲਾਕੇ ਦੇ ਵਿੱਚ ਪਰ ਕੋਈ ਵੀ ਸਰਕਾਰ ਨੇ ਜ਼ਰੂਰੀ ਨਹੀਂ ਸਮਝਿਆ ਵੀ ਇਹ ਸੜਕ ਬਣਾਈ ਜਾਵੇ ਲੋਕਾਂ ਦੀਆਂ ਜਾਨਾਂ ਦੀ ਕੋਈ ਪਰਵਾਹ ਨਹੀਂ ਆ ਆਏ ਦਿਨ ਐਕਸੀਡੈਂਟ ਹੋ ਰਹੇ ਆ ਅੱਜ ਮਜਬੂਰ ਹੋ ਕੇ ਜਥੇਬੰਦੀ ਨੂੰ ਬੀੜਾ ਚੁੱਕਣਾ ਪਿਆ ਵਾ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਅੱਜ ਇੱਥੇ ਧਰਨਾ ਲਾਉਣਾ ਪੈ ਗਿਆ ਜੇ ਸਰਕਾਰਾਂ ਨੇ ਕੰਮ ਨਹੀਂ ਕਰਨੇ ਉਹ ਸਹੂਲਤਾਂ ਭੱਤੇ ਜਿਹੜੇ ਲੋਕਾਂ ਦੇ ਸਿਰ ਤੋਂ ਲੈ ਰਹੇ ਆ ਪਰ ਲੋਕਾਂ ਦੇ ਕੰਮ ਕਿੰਨੇ ਕਰਨੇ ਆ ਇਹ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਇਹ ਜਿਹੜੀ ਭਗਵੰਤ ਮਾਨ ਸਰਕਾਰ ਬੜੀਆਂ ਡਿੰਗਾਂ ਮਾਰਦੀ ਸੀ ਇਹਦਾ ਮੁੱਖ ਮੰਤਰੀ ਬੜੀਆਂ ਗੱਲਾਂ ਕਰਦਾ ਉੱਥੇ ਤਾਨੇ ਮੇੜੇ ਮਾਰਦਾ ਇਹ ਆਣ ਕੇ ਵੇਖੇ ਮੰਤਰੀਆਂ ਆਪਣਿਆਂ ਨੂੰ ਭੇਜੇ ਰੋਜ਼ ਲੰਘਦੇ ਆ ਕਿੱਡੇ ਮਾੜੇ ਹਾਲਾਤ ਆ ਪਰ ਇਹ ਮੰਤਰੀ ਵੀ ਨਿਕੰਮੇ ਆ ਅਤੇ ਸਰਕਾਰ ਸਾਰੀਆਂ ਸਰਕਾਰਾਂ ਤੋਂ ਵੱਡੀ ਨਿਕੰਮੀ ਆ ਇਹਨਾਂ ਕੋਈ ਗੱਲ ਨਹੀਂ ਸੁਣਨੀ ਲੋਕਾਂ ਦੀ ਇਹ ਲੋਕਾਂ ਨੂੰ ਆਪ ਹੀ ਸੰਘਰਸ਼ ਕਰਨਾ ਪੈਣਾ ਵਾ ਅਤੇ ਲੋਕ ਸੰਘਰਸ਼ਾਂ ਦੇ ਰਾਹ ਪਏ ਆ ਇਸ ਕਰਕੇ ਅਸੀਂ ਚੇਤਾਵਨੀ ਦਿੰਦੇ ਹਾਂ ਪ੍ਰਬੰਧ ਨੂੰ ਵੀ ਇਹ ਸੜਕ ਨੂੰ ਬਣਾਉਣਾ ਸ਼ੁਰੂ ਕਰਦੇ ਨਹੀਂ ਤਾਂ ਵੱਡੇ ਤੋਂ ਵੱਡੇ ਰੋਸ ਪ੍ਰਦਰਸ਼ਨ ਹੋਣਗੇ ਫਿਰ ਮੁੱਖ ਮੰਤਰੀ ਨੂੰ ਚਮੂਣੇ ਲੜਨੇ ਆ ਵੀ ਲੋਕ ਸੜਕਾਂ 'ਤੇ ਬੈਠੇ ਆ ਪਰ ਮੁੱਖ ਮੰਤਰੀ ਹੁਣ ਕਿਉਂ ਨਹੀਂ ਦੇਖਦਾ ਪਿਆ ਵੀ ਲੋਕਾਂ ਦੇ ਮਸਲੇ ਕੀ ਆ ਲੋਕਾਂ ਦੀ ਮੰਗ ਕੀ ਆ ਮੰਗ ਵੇਖੇ ਮਸਲੇ ਹੱਲ ਕਰੇ ਅਤੇ ਲੋਕਾਂ ਨੂੰ ਧਰਨੇ ਲਾਉਣ ਦੀ ਲੋੜ ਨਾ ਪਵੇ ਪਰ ਸਰਕਾਰ ਇਹ ਪਹਿਲੀਆਂ ਸਰਕਾਰਾਂ ਨਾਲ ਗਰਕੀ ਸਰਕਾਰ ਆ ਸਿਰਫ ਇਸ਼ਤਿਹਾਰਾਂ 'ਤੇ ਅਖਬਾਰੀ ਇਸ਼ਤਿਹਾਰ ਇੱਥੋਂ ਬੰਗਾਲ ਦੀਆਂ ਅਖਬਾਰਾਂ ਵੇਖ ਲਓ ਕਲਕੱਤਾ ਵੇਖ ਲਓ ਆਂਧਰਾ ਪ੍ਰਦੇਸ਼ ਉੱਥੇ ਜਾ ਕੇ ਇਸ਼ਤਿਹਾਰ ਦਿੱਤੇ ਆ ਪਰ ਜ਼ਮੀਨ ਲੈਵਲ 'ਤੇ ਕੋਈ ਕੰਮ ਨਹੀਂ ਹੋ ਰਿਹਾ ਇਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਦੀਆਂ ਅੱਖਾਂ ਖੋਲ੍ਹਣ ਵਾਸਤੇ ਅੱਜ ਬੈਠੇ ਹਾਂ ਅਤੇ ਜਿੰਨਾ ਚਿਰ ਮਸਲਾ ਹੱਲ ਨਹੀਂ ਹੁੰਦਾ ਲਗਾਤਾਰ ਧਰਨਾ ਚੱਲੂ ਕਿੰਨਾ ਸਮਾਂ ਦਾ ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਬਲਾਕ ਸਾਰਾ ਪ੍ਰਧਾਨ ਬੋਲਦਾ ਜੀ ਜੋ ਕਿ ਤੁਸੀਂ ਵੇਖ ਰਹੇ ਜੇ ਇਹ 12-13 ਸਾਲ ਤੋਂ ਸੜਕ ਜਿਹੜੀ ਆ ਬਹੁਤ ਹੀ ਇਹਦੀ ਮੰਦੀ ਹਾਲਤ ਆ ਜਿਹਦੇ ਆਏ ਦਿਨ ਹੀ ਐਕਸੀਡੈਂਟ ਹੋ ਰਹੇ ਨੇ ਤੁਸੀਂ ਪਿੱਛੇ ਦੇ ਵੇਖਿਆ ਇੱਕ ਬੱਸ ਹੀ ਜਿਹਦੇ ਵਿੱਚ ਕਾਰ ਵੱਜੀ ਆ ਅਤੇ ਉਹਦੇ ਵਿੱਚ ਦੋਵੇਂ ਪਿਓ ਪੁੱਤ ਸੀ ਜਿਨ੍ਹਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਸੋ ਸਰਕਾਰ ਨੂੰ ਕੋਈ ਇਹਦੇ ਵਿੱਚ ਦੁੱਖ ਨਹੀਂ ਹੈਗਾ ਸਰਕਾਰ ਜਿਹੜੇ ਆਪਣੇ ਪਰੌਂਠੇ ਸੇਕ ਰਹੀ ਆ
इतों व्डे व्डे होर भी कई मंत्री छंत्री लंघते हैं जिन्हों ये सड़क का नहीं पता लगता। इतों के लोग दुख में पे ने। अज जो भारतीय किसान यूनियन एकता अग्राह वालों लोगों के साथ के नाल इतने संघर्ष किया जा रहा। तो आप कहना चाहते हैं कि जे प्रशासन ये गल नहीं सुनता क्योंकि आप लोगों नहीं परेशान करना चाहते, लोग भी साढ़े आ, फिर आप चूड़ी होर टैट करा फिर आने वाले समय से जोड़ा व्डा कोई हाईवे नैशनल आनू जाम करा तो वह जिम्मेवार सारा प्रबंध होगा। मुख्यमंत्री कहते हैं कि सड़कां ना करो, जिहड़ा इलाके दा जे किसी समस्या तो वो इलाके दे मंत्री दा कराओ करो। देखो जी, आप भारतीय किसान यूनियन एकता अग्राह आप पहला मंग पत्र दिता जी, अखबारों के लाया मंग पत्र डीसी साहब नूं दिता। डीसी साहब नूं ऐ लगा कि घणी उह सड़क नहीं बननी चाहिए, उन्होंने कोई गल गौली नहीं, ना कोई मीटिंग दी, ना कोई साडे नाल गलबात करन दा कोई ढंग बनाया। तो अखबारों के भी ताे मीडिया राही आप लवाया वा, सारा कुछ दिता वा। मुख्यमंत्री साहब उत्ते बैठे गल्लां करी जांदे आ, थले जिहड़े लोग परेशान आ, ग्राउंड लैवल से जिहड़े मुख्यमंत्री आ उन्हां दा कोई कारजगुजारी जिहड़ी नहीं है। मैं पलविंदर सिंह महाल भारतीय किसान यूनियन एकता सिद्धूपुर का जिला जनरल सकत्तर अमृतसर तो भरावा अच्छ ठीक 12 बजे मानाला स्टेशन का 12 बजे पूरा उत्थे जो ट्रैक से धरना लगन जा रहा, रेल का चक्का जाम हो रहा, जोड़ा लंबे समय तो साड़िया लड़कदिया हुई मंगा सी हाईवे लैके जड़िया दोषी अधिकारियों के खिलाफ डीसी अमृतसर ने इनकवायरी करके पंजाब सरकार को भेज दी। लगभग साल हो गया उत्थे इनकवायरी भेजी चीफ सैकटरी पंजाब ते मुख्यमंत्री पंजाब नू, उन्हां ते कोई एक्शन नहीं लिया गया। जिन्हां ने पैसे गलत पा ले उन्हां ते कोई एक्शन नहीं लिया गया। इस करके और अज बड़ा अंदोलन किया जा रहा, अनमिथे समय लिए ट्रेना रोकिया जा रही ने। इस करके भरावो ये साड़ी मजबूरी बनाई सरकार ने भी ये ट्रेना डकन। इस करके बहुत लंबे समय तो जथेबंदी संघर्ष कर रही है, 20-20 दिन डीसी दफ्तर बैठे आ, 8-10 दिन SDM दफ्तर बैठे आ, बहुत लंबा समय तो संघर्ष, लगभग 2 साल तो यह जो संघर्ष है वह चलता आ रहा, पर सरकार के सिर पर जूं तक नहीं सरकी। यो सरकार जी इमानदारी का ढोल पिटदी ही, अज जे करप्ट अफसर है उन्होंने कार्रवाई करने तैयार नहीं। वाहेगुरू जी का खालसा, वाहेगुरू जी की।